ਬਾਅਦ ਮਤਲਬ ਵੀ ਕਰ ਦੇਣਾ ਚਾਹੀਦਾ। ਅੱਛਾ بسم اللہ توکلت علی اللہ لا حول ولا قوۃ الا بالله لا ذی علی مزر العجائب تجدہ اور لکا فی النوائب کل ہم و غم سجن جلی بزمتک یا اللہ بنبوتک یا محمد و باولیتک یا علی ہو یا علی ہو یا علی ہو ادرکنی فی سبیل اللہ شاہ مردان شیر یزدان قوت پروردگار لافتا لیلہ سیف الافکار یا کیر الدو یا والی الولی یا مظہر العجائب یا مرتضی علی علیہ الصلوۃ والسلام یا علی انت قسیم رزق یا علی مشکلم بخشا علی ادرکنی فی سبیل اللہ سلام قولم رب رحیم اغیثنی یا اللہ یا مغیث و شفائی شفا کن بحق بسم اللہ الرحمن الرحیم یا صاحب زما ادرکنی یا صاحب زما ادرکنی یا صحبِ زمادرک نی فی سبیل اللہ صلوات باواز بلند سارے سبان پر بسم اللہ بادشاہ صادق آل محمد کا فرمان ہے کہ ساڈے نال کیتی ہوئی محبت دے ثبوت دنا صلوات اس واسطے التماس سے دعا ہے خلاق عالم تساں تمام مومنین مومنات دا دوروں نیڑوں اس مقام تہر تے ٹر آیا مالک اپنے پاک دربار وچ منظور فرماون بانیان دے صفحہ ماتم وچھائی میرے بھائی سید علی شان بخاری صاحب اور بھائی غلام مرتضیٰ اور باقی جتنے دوستاں مجلس پاک اس کاوش کوشش کیتی ہے محنت کیتی ہے لنگر پاک حصہ لیا مالک تمام دے رزق بخت معرفت آل محمد ترقی فرماون مجلس پاک کوئی زیادہ لمبی نہیں پڑھنی کیونکہ وطن ہے گھر ہے بانی مجلس دی حیثیت نہ حاضر ہاں پڑھن والوں دی کمی نہیں مولا دے بہت عزت والے ذاکر میرے بھائی ممبر تے موجود ہیں اگر تھوڑی توجہ ہو گئی میرے حصے دی مکان ہو ویسی صلوات ایک ایسی پڑھو کہ آواز کربلا مولا تک پہنچے اعوذ باللہ شیطان لیم رجیم بسم اللہ میں جان دہا تمہیں مہمان سیاد میڈے نالی لا میں کن کو جنو دسدا کر پیو تے احسان ਕਿਹੜਾ ਸ਼ਾਮ ਤੜੀਲਾ ਸ਼ੁਕੂ ਖੈਮੇ ਗੇਨ ਮਜਣਾ ਹੈ ਤੜੀਆਂ ਪੂਫੀਆਂ ਦਾ ਮੈਂ ਬਿਸਮਿਲ੍ਲਾ ਕਰ ਮੈਂ ਨੌਕਰ ਮਾਂ ਹੁਸੈਨ ਦੀ ਤੁਹਾਡੇ ਉੱਤੇ ਰਾਜ਼ੀ ਹੋਵੇ ਮੈਂ ਬਿਸਮਿਲ੍ਲਾ ਕਰਾਂ ਮਲੰਗ ਸੈਂ ਮੈਂ ਬਿਸਮਿਲ੍ਲਾ ਕਰ ਸੱਯਦ ਰੋਂਦਾ ਤੇ ਰੋ ਰੋ ਕੇ ਆਂਦਾ ਬੈਠਾ ਬੰ ਔਖਾ ذہن تا ملا کوئی زیادہ لمبی مجلس نہیں پڑھنی
ਤੇ ਮੈਂ ਬਿਸਮਿਲ੍ਲਾ ਕਰਾਂ ਬਾਬਾ ਜੀ ਅਲੀ ਦੀਆਂ ਧੀਆਂ ਤੁਹਾਡੇ ਵੈਣ ਕਬੂਲ ਫਰਮਾਵੇਂ ਮਾਂ ਹੁਸੈਨ ਦੀ ਤੁਹਾਡੇ ਉੱਤੇ ਰਾਜ਼ੀ ਹੋਵੇ ਸੈਯਦ ਰੋਂਦਾ ਤੇ ਰੋ ਰੋ ਕੇ ਆਂਦਾ ਬੈਠੇ ਬਉ ਔਖਾ ਆਇਆ ਤੇਰੀ ਲਾਸ਼ ਉੱਤੇ ਤੇ ਮੈਂਡਾ ਸੋਹਣਾ ਪੁੱਤਰ ਜਵਾਨੇ ਮੈਂ ਜਾਣਦਾ ਤੁਵੀ ਔਖਾ ਲੱਥਾਂ ਜ਼ਹਿਦਾ ਮੈਂ ਬਿਸਮਿਲ੍ਲਾ ਕਰ ਮੈਂ ਬਿਸਮਿਲ੍ਲਾ ਕਰ ਮੈਂ ਬਿਸਮਿਲ੍ਲਾ ਕਰ ਸੈਯਦ ਰੋਂਦਾ ਈ ਤੇਰੋ ਰੋ ਕੇ ਆਂਦਾ ਬੈਠਾ ਮੈਂਡੇ ਨਾਲ ਅਲਾ ਮੈਂ ਕੂ ਕੁਝ ਨੂੰ ਦਿਸਦਾ ਤੇ ਕਾਰ ਪਿਉ ਤੇ ਏਸਾਨ ਕਿਹੜਾ ਇਸਾਨ ਤੇਰੀ ਲਾਸ਼ ਕੁਖਾ ਮੈਂ ਗੇਨ ਮੰਜਣਾ ਏ ਤੇਰੀਆਂ ਫੁੱਫੀਆਂ ਦਾ ਫਰਮਾਨ ਜਿਹੜੇ ਬੰਦੇ ਹੁਣ ਤੱਕ ਨਹੀਂ ਰੋ ਸਕੇ ਹੁਸੈਨ ਦੇ ਸੋਹਣੇ ਦੀ ਗੁਰਬਤ ਦਾ ਬਿਆਵੈਣ ਸੁਣਾਉਣਾ ਚਾਹੁੰਦਾ ਲੇਕਿਨ ਹਰ ਬੰਦੇ ਵਾਸਤੇ ਨਹੀਂ ਜਿਹੜੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਦੇ ਜਵਾਨ ਪੁੱਤਰ ਸ਼ਾਦੀਆਂ ਤੇ ਸਿਰਾਂ ਦੀ ਇੰਤਜ਼ਾਰ ਹਨ ਉਹਨਾਂ ਦੇ ਵਾਸਤੇ ਹੁਸੈਨ ਦੇ ਸੋਹਣੇ ਪੁੱਤਰ ਦੀ ਸ਼ਾਦੀ ਦਾ ਵੈਣ ਪੜਨਾ ਚਾਹੁੰਦਾ ਮੈਂ ਪਿਆਨਾ ਹਾਈ ਰੋਤ ਅਲੀ ਅਕਬਰ ਦੀ ਸ਼ਾਦੀ ਦੀ ਜ਼ਿਹਨ ਤਾਂ ਮਿਲਾ ਤੇ ਨਹੀਂ ਵੇਖਿਆ ਪਿਉ ਪਰਨਾਏ ਵਧਾ ਉੱਠਦਾ ਬਹਾਂਦਾ ਏ ਰੇਤ ਉੱਤੇ ਮਾਸੁ ਲਹਾਂਦਾ ਪੁਤਾਰ ਪੁਤਾਰ ਕੁਹਾਏ ਤੇ ਬਹੁ ਔਖਾ ਆਇਆ ਏ ਹਾਇਓ ਖੈਮਿਆਂ ਵਿੱਚ ਵੋ ਤੇ ਬਹੁ ਸੋਹਣੇ ਪੁਤਾਰ ਗੁਜਾਏ ਰੋਂਦੇ ਕਿਉਂ ਆਏ ਕਦੀ ਮਾਸੁ ਚੁੰਮਦਾ ਏ ਹਾਏ ਹਾਏ ਕਦੀ ਸੀਨਾ ਚੁੰਮਦਾ ਏ ਹੱਥ ਬਨੀ ਹੋਈ ਸਾਂਗ ਸਾਂਗ ਚ ਬਾਗ ਔਖੇ ਜਾਂ ਸੌਖੇ ਜਨਾਬ ਹੁਸੈਨ ਇੱਕ ਜਾਂ ਦੋ ਹੋਰ ਰਹਿਣ ਕਰਨਾ ਚਾਹੁੰਦਾ ਮੈਦਾਨ ਚ ਆਏ ਜਨਾਬ ਹੁਸੈਨ ਸੱਜੇ ਡੇਂਦੇ ਨੇ ਖੱਬੇ ਡੇਂਦੇ ਨੇ ਅਕਬਰ ਨਜ਼ਰ ਨਹੀਂ ਆਉਂਦਾ ਹੁਸੈਨ ਦੀ ਆਵਾਜ਼ ਪਈ ਆਉਂਦੀ ਏ ਕਾਂਡ ਚਾਵੇ ਮੈਨੇ ਆਇਓ ਅਕਬਰ ਕੁਮਾਸ ਜੇ ਦੇਖਸਾਂ ਤੂੰ ਲਾਹਦਾ ਇੰਜ ਨਹੀਂ ਲਾਹਣਾ ਔਖੇ ਜਾਂ ਸੌਖੇ ਜਨਾਬ ਹੁਸੈਨ ਭਾਈਜਾਨ ਜੈ ਵੇਲੇ ਹੁਸੈਨ ਕੋ ਅਕਬਰ ਨਜ਼ਰ ਨਹੀਂ ਆਇਆ ਹੁਸੈਨ ਬਜਾਨ ਕਿਹੜਾ ਕੰਮ ਕੀਤਾ ਹੁਸੈਨ ਖੈਮਿਆਂ ਦੇ ਪਾਸੇ ਟੁਰਨਾ ਸ਼ੁਰੂ ਕੀਤਾ ਉਹ ਮਕਾਮ ਤੇ ਆਏ ਜਿੱਥੇ ਅਕਬਰ ਦੀ ਮਾਂ ਵਾਲ ਖੋਲ ਕੇ ਰੋਂਦੀ ਖੜੀ ਆਈ ਹੁਸੈਨ ਦੀ ਆਵਾਜ਼ ਪਿਆਂਦੀ ਅਕਬਰ ਦੀ ਮਾਂ ਮੰਗ ਦੁਆ ਤੇਰਾ ਅਕਬਰ ਨਹੀਂ ਲੱਭਦਾ ਬੀਬੀ ਬਜਾਨ ਕਿਹੜਾ ਕੰਮ ਕੀਤਾ ਸੋਹਣੇ ਪੁੱਤਰ ਦਾ ਸੋਹਣਾ ਸਿਰਾ ਹੱਥਾਂ ਤੇ ਜਾਏ ਮੈਦਾਨ ਦੇ ਪਾਸੇ ਮੂੰਹ ਕਰਕੇ ਉੱਚਾ ਵੈਣ ਕਰਕੇ ਆਂਦੀ ਏ ਬਾਵੇਂ ਔਖਾ ਲੱਥਾਂ ਮਾਤਮ ਕਰ ਯਾਰ ਆਇਓ ਬੋਲ ਅਕਬਰ ਪਿਓ ਰੁਲ ਗਈ ਵੇਚਾ ਸਹਰਾਏ ਨਹੀਂ ਟੁਰ ਸਕਦਾ ਅਲੀ ਦੀਆਂ ਧੀਆਂ ਤੁਹਾਡੇ ਵੈਣ ਕਬੂਲ ਮੈਂ ਨੌਕਰ ਮਾਂ ਹੁਸੈਨ ਦੀ ਤੁਹਾਡੇ ਉੱਤੇ ਰਾਜ਼ੀ ਹੋਵੇ ਜਨਾਬ ਹੁਸੈਨ ਔਖੇ ਜਾਂ ਸੌਖੇ ਮੈਦਾਨ ਚੈਨ ਸ਼ਾਹ ਸਾਹਿਬ ਸੋਹਣੇ ਪੁੱਤਰ ਦਾ ਸੋਹਣਾ ਸਰ ਜਾ ਕੇ ਝੋਲੀ ਪਾਇਆ ਦੇ ਪਛਾਣੀ ਤੇ ਬੋਸਾ ਦਿੱਤਾ ਨੇ ਅਕਬਰ ਦੀ ਆਵਾਜ਼ ਵੀ ਆਂਦੀ ਬਾਬਾ ਮੈਂ ਕੁੱਤਿਆਂ ਦੀ ਕਸਮ ਏ ਮੈਂ ਕੋ ਬਰਛੀ ਖਾ ਗਈ ਹੁਸੈਨ ਦੀ ਆਵਾਜ਼ ਵੀ ਆਂਦੀ ਹੌਸਲਾ ਕਰ ਸਬਰ ਕਰ ਪਹਿਲੇ ਮੈਂ ਤੇਰੀ ਬਰਛੀ ਕਢੇ ਨਾ ਹੁਸੈਨ ਜਾਨੂ ਜ਼ਮੀਨ ਤੇ ਲਾਇਨ ਬਿਸਮਿਲ੍ਲਾ ਪੜ ਕੇ ਬਰਛੀ ਚ ਹੱਥ ਪਾਇਆ ਨੇ ਨਾਦ ਅਲੀ ਪੜ ਕੇ ਬਰਛੀ ਕੱਢੀ ਨੇ ਬਰਛੀ ਇਕੱਲੀ ਨਹੀਂ ਆਈ ਨਾਲ ਅਕਬਰ ਦਾ ਜਿਗਰ ਆਇਆ ਅਕਬਰ ਦੀ ਆਵਾਜ਼ ਵੀ ਆਉਂਦੀ ਹੈ ਬਾਬਾ ਮੈਂ ਬਚਦਾ ਨਾ ਮੈਂ ਕੁੱਤਾ ਸੁਖਾ ਗਈ ਹੈ ਹੁਸੈਨ ਦੀ ਆਵਾਜ਼ ਪਈ ਆਉਂਦੀ ਹੈ ਤੈਂਡੇ ਦੂਰ ਦੇ ਜਾਂਦੀ ਮੈਥੋਂ ਆ ਪੁੱਛ ਸੈਨ ਥਾਏ ਅਕਬਰ ਨਹੀਂ ਪਰ ਨਾਇਓ ਦਰ ਦੁਰਵੈਂਦਾ ਏ ਪਿਆ ਤਸਾ ਮਈ ਨਾ ਵੋ ਤੈ ਕੁ ਪਾਣੀ ਨਹੀਂ
حسین دی آواز پیان دی حوصلہ کر صبر کر تے کو خیمے وچ گھن ویندا خیمے دے اندروں ماما تے بہنی انتظار پئی کرے نیاں نی اکبر دی آواز پئی آندی بابا میں ٹر نہیں سکدا حسین دی آواز پئی آندی اے بھاویں میں بڑڑائی تے کو میں آپ جینا حسین اکبر دی لاش کو چے میں کیوں نہ کھاں بڑڑے پیوں جوان پتر دی لاش کو چے جھوٹ بولا مجرم ماں 17 قدماں تے جن دی خیمے دور ہیں حسین دے موڈے تو اکبر دا سر لمنا شروع ہویا حسین دی آواز پئی آندی اے زینا میں غریب آ میں اکبر نہیں بجدا اوکھے سوکھے جناب حسین خیام وچ گھنائن بیبیاں دے مخاطب ہو کے اونچا وین کر کے آندین جائیں ملنا ہے میں نے ماتم نہیں آندا آئے اکبر کو کرو جلدی دیر نہ لاؤ ہن نہیں بجدا بیبیاں بھائی جان ماتم کرنا شروع کیتا علی دی 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 آواز پہ آندی ہے زہرا دا جایا آخری وین بھجان ماتم کرو زہرا دا جایا زہرا دا جایا اللہ وسایا اللہ وسایا اکبر دے سینے تو زرات کو چاچا اکبر دے سینے تو زرات کو چاچا میں 4 سالاں دی مرشد زادی بیرا دی لاش تے جھن پئی اونچا وین کر کے آندی اما اما کالے کپڑے اما کالے کپڑے میں کوں بواچا میں کوں بواچا منڈا ویر مر گئے مڑ دو لہاچا منڈا ویر مر گئے مڑ دو لہاچا منڈ 4 سالاں دی مرشد زادی مدینے دے پاسے منہ کر کے اونچا وین کر کے آندی اے ونجے کوئی مدینے ونجے کوئی مدینے ونجے کوئی مدینے سگرا کو آکھے سگرا کو آکھے اکبر نو ولنا تانگا لہاچا اکبر نو ولنا تانگا لہاچا